ते पुलिस ने फड़ के पटाके मरवाए, जो देखे पटाके बज गए तो 30,000 के चलान करवाते। हुण आपां लाइव व्हील्स चेंज करवाउणा तां फिर रिएक्शन देखांगे ते गालां खावांगे, गालां ही पैणियां होर की। मैनूं घर दे सच्ची बहुत कहिंदा कि हुण ना पंगे पुंगे लिया कर। एक वारी फिर स्वागत आ बीमरियां दे घंट जी ब्लॉग दे विच। अज दे ब्लॉग विच आपां करवाउण वाले आ गड्डी दे लाए चेंज। बट ये गल जे मम्मा ने सुन ली ना, साडे छित्तर बहुत ज्यादा पैणे आ। मम्मी हजे नहीं आपां दसणा मम्मी नूं, जो आपां करवा के आ गए चेंज, उस तों बाद दसांगे कि 50,000 रुपया लग्गिया। ज्यादा हो गया। ਤੈਨੂੰ ਕੀ ਲੱਗਦਾ ਇਹ ਸੁਣਨ ਤੋਂ ਬਾਅਦ ਕੀ ਕਹਿਣਗੇ ਉਹ ਆਪਾਂ ਨੂੰ? ਨਿਕਲੋਡੀਅਨ ਚੈਨਲ ਕੋ ਸਬਸਕ੍ਰਾਈਬ ਕਰੇ। ਨਿਕਲੋਡੀਅਨ ਬੋਇਆ ਦਾ ਕਮੈਂਟ ਸਾਰੇ ਹੀ ਜਿਹੜੇ ਲਾਈਵ ਵਾਲਾ ਤੁਸੀਂ ਚੇਂਜ ਕਰਵਾਓ। ਤਾਂ ਮੈਂ ਸੋਚਾਂ ਹੁਣ ਕਰਵਾ ਦਈਏ। ਅਭੀ ਮਜ਼ਾ ਆਏਗਾ ਨਾ ਭਿੜੋ। ਇੱਕ ਗੱਲ ਹੋਰ ਕਿ ਗੱਡੀ ਧਮੋਣ ਵਾਲੀ ਹੋਈ ਪਈ ਆ, ਮਤਲਬ ਥੋੜੀ ਗੰਦੀ ਹੋਈ ਪਈ ਆ, ਜਿਵੇਂ ਕਿ ਇੱਥੋਂ ਤੇ ਆਦੇ ਆਸੇ ਪਾਸੇ ਇੱਥੇ ਵੀ सारे पासे बहुत दाग पए हुए हैं। हुण मैं कंफ्यूज हाँ कि पहला धवाउण चलीए जां फिर पहला लाए चेंज कराइए, जां पहला लाए चेंज करवाइए। मम्मी नूं की पता लाए लाए पता नहीं की करी जांदे, उन्हां दा टायर पता वी टायर हुंदे आ, है ना जी। कई अपने वीर भरा कहिंदे कि लाए वधिया नहीं लगदे इह वाले, बकवास बंद कर। उन्हां दा मतलब वी स्टार वगैरह वाले पवाओ। बट गाइस टू बी ऑनेस्ट, मैनूं जिन्ने वी जाणे मिले आ ना रेल च जिन्हां ने देखी आ, इह उन्हां नूं सारिआं नूं वधिया लगदे आ। ਉਦਾਂ ਲੱਗਦਾ ਹੁੰਦਾ ਕਿ ਯਾਰ ਵਧੀਆ ਨਹੀਂ ਹੋਊਗੀ, ਵੀਡੀਓ ਵਿੱਚ ਇੰਨੀ ਮਤਲਬ ਸਾਫ਼ ਤਰੀਕੇ ਨਾਲ ਨਹੀਂ ਦੇਖ ਸਕਦੇ ਗੇ, ਪਰ ਜਿਹੜਾ ਬੰਦਾ ਰੀਅਲ 'ਚ ਦੇਖਦਾ ਨਾ ਉਹ ਕਹਿੰਦਾ ਵੀ ਬਹੁਤ ਵਧੀਆ ਲੱਗਦੇ ਆ ਜੈਨੂਨਲੀ। ਯਾਰ ਪਤਾ ਨਹੀਂ ਕਿਉਂ ਬਟ ਇਹ ਵੀ ਸਾਰਿਆਂ ਨੂੰ ਇੰਨਾ ਜ਼ਿਆਦਾ ਪਸੰਦ ਆ ਰਿਹਾ ਨਾ, ਜਿਹੜਾ ਵੀ ਕੋਈ ਘਰੇ ਮਿਲਣ ਆਉਂਦਾ ਜਾਂ ਫਿਰ ਕੋਈ ਵੀ ਹੁੰਦਾ, ਸਾਰਿਆਂ ਨੂੰ ਇਹ ਬਹੁਤ ਜ਼ਿਆਦਾ ਪਸੰਦ ਆਇਆ। ਡੈਡੀ ਨੂੰ ਪਤਾ ਨਹੀਂ ਕਦੋਂ ਨਹੀਂ ਪਸੰਦ ਆਇਆ, ਪਰ ਇਹਦਾ ਮਡਗਾਰਡ ਜਿਹੜਾ ਆਪਾਂ ਉਹ ਲਵਾ ਲੈਂਦੇ ਹਾਂ, ਉਸ ਤੋਂ ਬਾਅਦ ਭੋਰਾ ਵਧੀਆ ਲੱਗੂਗਾ ਇਹ, ਫਿਰ ਬੰਦਿਆਂ ਵਾਲਾ ਲੱਗੂਗਾ ਇੱਕ ਤਰ੍ਹਾਂ ਦਾ, ਹੁਣ ਜਿਵੇਂ ਤੇਰੇ ਵਾਲਾ ਜਾਨਵਰਾਂ ਵਾਲਾ। ਤੁਹਾਨੂੰ ਇਹ ਗੱਲ ਦੱਸਦਾ, ਕੱਲ੍ਹ ਨਾ 3-4 ਜਾਣੇ ਸਾਨੂੰ ਮਿਲਣ ਆਏ ਅਤੇ ਉਹ ਮਤਲਬ ਆਏ ਸੀ ਬੁਲਟਾਂ 'ਤੇ, ਅਤੇ ਅਸੀਂ ਬੁਲਟ ਲੈਣ ਨੂੰ ਫਿਰਦੇ ਹਾਂ ਅਤੇ ਉਹ ਬਾਈ ਪਤਾ ਕੀ ਕਹਿੰਦਾ, ਕਹਿੰਦਾ ਅਸੀਂ ਬੁਲਟ ਵੇਚਣ ਲੱਗੇ ਹਾਂ ਬਾਈ। ਮੈਂ ਕਿਹਾ ਕਿਉਂ? ਕਹਿੰਦਾ ਬਾਈ ਤੁਹਾਨੂੰ ਦੇਖ ਕੇ ਅਸੀਂ ਮਤਲਬ ਸਪਲੈਂਡਰ ਆਪਦਾ ਮੋਡੀਫਾਈ ਕਰਵਾਉਣਾ ਵਾ। ਕਹਿੰਦੇ ਅਗਲੀ ਵਾਰੀ ਜਦੋਂ ਆਵਾਂਗੇ ਸਪਲੈਂਡਰ 'ਤੇ ਆਵਾਂਗੇ ਅਸੀਂ ਆਪਦੀ। ਮਤਲਬ 3-4 ਜਾਣੇ ਸੀ, ਕਹਿੰਦੇ ਅਸੀਂ ਮਤਲਬ ਮੋਡੀਫਾਈ ਕਰਵਾਉਣਾ ਵਾ ਹੁਣ ਸਪਲੈਂਡਰ, ਮਤਲਬ ਬੁਲਟ ਵੇਚ ਕੇ ਸਪਲੈਂਡਰ ਲੈ ਲੈਣਾ ਫਿਰ ਉਹ ਮੋਡੀਫਾਈ ਕਰਵਾਉਣਾ ਇਸ ਤਰੀਕੇ ਨਾਲ। ਬੜੀ ਯਾਰ ਸ਼ੌਂਕ ਹੁੰਦਾ ਕਿਉਂਕਿ ਇਹ ਮੋਡੀਫਾਈ ਕਰਵਾ ਕੇ ਵਧੀਆ ਲੱਗਦਾ, ਹੁਣ ਬੁਲਟ ਤੈਨੂੰ ਪਤਾ ਚਲਾਨ ਹੋ ਜਾਂਦਾ ਮਿੰਟ 'ਚ। ਸਾਨੂੰ ਦੱਸ ਰਹੇ ਸੀਗੇ ਕਿ ਮਤਲਬ ਸਕੂਲ ਦੇ ਬਾਹਰ ਸਾਡੇ ਪੁਲਿਸ ਖੜੀ ਸੀ ਅਤੇ ਪੁਲਿਸ ਨੇ ਫੜ ਕੇ ਪਟਾਕੇ ਮਰਵਾਏ, ਜੋ ਦੇਖਿਆ ਪਟਾਕੇ ਵੱਜ ਗਏ ਤਾਂ 30,000 ਦੇ ਚਲਾਨ ਕਰਵਾ ਤੇ। ਬਟ ਉਹਨਾਂ ਨੇ ਦਿੱਤੇ ਨਹੀਂ ਹੋਣੇ ਗੇ, ਫੋਨ ਫਾਨ ਕਰਵਾ ਤੇ ਹੋਣੇ ਆ ਜਿਵੇਂ ਆਪਣੇ ਇੰਡੀਆ 'ਚ ਚੱਲਦਾ। ਇਹਨਾਂ ਤੋਂ ਯਾਦ ਆਇਆ ਮੈਂ ਕਦੇ ਜਿੰਮ ਵੀ ਨਹੀਂ ਗਿਆ, ਹੁਣ ਮੈਨੂੰ 2-3 ਹਫ਼ਤੇ ਹੋ ਗਏ ਮੈਂ ਜਿੰਮ ਦਾ ਮੂੰਹ ਤੱਕ ਨਹੀਂ ਦੇਖਿਆ। ਅਤੇ ਬਾਕੀ ਯਾਰ ਪਤਾ ਨਹੀਂ ਕਿਉਂ ਮੈਨੂੰ ਨਾ ਇੰਨਾ ਇਹਦਾ ਚਾਅ ਚੜਿਆ ਹੋਇਆ ਨਾ ਲਾਈਵ ਵੀਲਸ ਚੇਂਜ ਕਰਵਾਉਣ ਦਾ। ਦੇਖਾਂਗੇ ਲੋਕ ਕਿਹੋ ਜਿਹੀ ਨਿਕਲ ਕੇ ਆਉਂਦੀ ਆ, ਮੈਨੂੰ ਤਾਂ ਸੱਚੀ ਬੜਾ ਚਾਅ ਵਾ ਇਸ ਚੀਜ਼ ਦਾ। ਆਪਦੇ ਬੂਟਾਂ 'ਤੇ ਮੈਂ ਕੱਪੜਾ ਤੱਕ ਨਹੀਂ ਮਾਰਿਆ ਗਾਈਸ, ਦੇਖੋ ਅਤੇ ਉਹਦੇ ਬੂਟ ਚੇਂਜ ਕਰਾਉਣ ਨੂੰ ਫਿਰਦਾ। ਕਿਰਨ ਇੱਦਾਂ ਹੋੜੀ ਹੁੰਦਾ, ਨਹੀਂ ਹੁੰਦਾ ਨਾ ਇੱਦਾਂ ਜੀ ਹੁੰਦਾ। ਮੱਖੀ ਚੜ੍ਹਾ ਲਈ, ਮੱਖੀ ਚੜ੍ਹ ਗਈ ਗਈ। हाँ ओ पुत्री, हेलो ओ छोटे वीर। हाँ भी छोटे वीर, हुण दीप मेरी वेट करदा पिया, वह बाहर खड़ा रोड ते, हुण मैं गड्डी कढ़नी है सिद्धा जाना उहदे कोले, फिर आपां लाए चेंज करा के लैके आउंदे आ। ਹੁਣ ਆਪਾਂ ਇਹਦੇ ਲਾਈਵ ਵੀਲਸ ਚੇਂਜ ਕਰਾਉਣ। ਇੱਥੇ ਲਾਈਵ ਵੀਲਸ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਵਧੀਆ ਪਏ ਆ। ਆਹ ਲਾਈਵ ਵੀਲ ਸੀਗੇ, ਠੀਕ ਆ, ਜਿਹੜੇ ਮੈਨੂੰ ਪਸੰਦ ਆਏ ਸੀ, ਅਤੇ ਇੱਕ ਸੀਗੇ ਇਹ ਵਾਲੇ, ਇਹ ਦੋਵੇਂ ਬਾਲੇ ਘੈਂਟ ਸੀ। ਬਟ ਉਸ ਟਾਈਮ ਤਾਂ ਮੈਨੂੰ ਉਹੀ ਪਸੰਦ ਆਏ ਸੀ ਜਿਹੜੇ ਪਾਏ ਹੋਏ ਆ, ਜਿਹੜੇ ਕਿ ਆਹ ਵਾਲੇ ਆ, ਪਰ ਆਪਣੇ ਇੱਦੋਂ ਵੀ ਜ਼ਿਆਦਾ ਨੇ। ਪਰ ਗਾਈਜ਼ ਤੁਹਾਨੂੰ ਪਤਾ ਹੀ ਆ ਮੈਂ ਕਿਹੜੇ ਪਾਉਣੇ ਆ, ਮੈਂ ਪਾਉਣੇ ਆ ਆਹ ਵਾਲੇ। ਤੁਹਾਨੂੰ ਪਤਾ ਮੈਨੂੰ 4-5 ਮਹੀਨੇ ਹੋਏ ਆ ਨਾ ਗੱਡੀ ਲਈ ਨੂੰ, ਅਤੇ ਮੈਂ ਉਦੋਂ ਹੀ ਲਾਈਵ ਵੀਲ ਪਵਾ ਲਏ ਸੀਗੇ, ਤਾਂ ਕਰਕੇ ਹਜੇ 50-60 ਹਜ਼ਾਰ ਰੁਪਇਆ ਦਾ ਬੰਦਾ ਮੇਰਾ ਦਿਲ ਨਹੀਂ ਕਰ ਰਿਹਾ, ਤਾਂ ਤੁਹਾਨੂੰ ਪਤਾ ਹੁਣ ਮੈਂ ਕੀ ਕਰਨਾ। ਅੱਜ ਲੱਗੂ 70,000 ਰੁਪਇਆ। ਨਹੀਂ 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 ਗਾਈਜ਼, 70,000 ਰੁਪਇਆ ਬਹੁਤ ਜ਼ਿਆਦਾ ਹੁੰਦਾ ਹੈ। ਆਪਾਂ ਨਵੀਂ ਟਰੈਕ ਖੇਡਦੇ ਹਾਂ। ਕਿਹੜੇ ਲਾਈਵ ਪਾਉਣੇ ਆ ਮੈਂ ਮਾਲਕ? ਕੀ ਕਿਹੜੀ ਏਜੰਸੀ ਆ, ਕਿਹੜੀ ਏਜੰਸੀ ਆ, ਨਾ ਭੁੱਲ ਗਿਆ, ਇੰਨੀਆਂ ਤਾਂ ਏਜੰਸੀਆਂ ਆਪਣੀਆਂ ਆ। ਤਾਂ ਦੇਖਦੇ ਹਾਂ ਕੀ ਹਿਸਾਬ ਕਿਤਾਬ ਕਰਨਾ, ਦਿਮਾਗ ਲਾਉਂਦੇ ਹਾਂ ਪੂਰਾ।
ਬਲੈਰੋ ਵਾਲੇ ਬਲੈਰੋ ਵਾਲੇ ਆ ਵੀ ਘੈਂਟ ਐਕਸਪਾਈਡਰ ਵਾਲੇ ਪਰ ਨਹੀਂ ਪਰ ਸਭ ਤੋਂ ਘੈਂਟ ਤਾਂ ਆਹੀ ਆ ਆਪਾਂ ਹੁਣ ਪਾਉਣੇ ਆ ਸਿਲਵਰ ਜਿਹੜੇ ਆ ਲਾਏ ਉਹ ਆਪਾਂ ਹੁਣ ਪਵਾ ਲੈਨੇ ਆ ਚੁੱਪ ਚੁੱਪੀਤੇ ਤੇ ਗਾਈਸ ਇਹਦੇ ਵੀ ਉਹੀ ਪਾਏ ਹੋਏ ਆ ਤੇ ਮੇਰਾ ਯਾਰ ਮਨ ਆ ਹਨਾ ਕਿ ਮੈਂ ਨਾ ਉਹ ਵਾਲੇ ਵੀ ਪਵਾਵਾਂ ਪਰ ਮੈਂ ਸਟਾਰ ਵਾਲੇ ਪਵਾਵਾਂ ਕਿਹੜੇ ਪਵਾਵਾਂ ਤੇਰੇ ਸਾਹਮਣੇ ਪੰਤਾਲੀ ਆ ਤਾਂ ਆਪਾਂ ਚੈੱਕ ਕਰਾਂਗੇ ਆਪਾਂ ਨੂੰ ਜਚਦੇ ਆ ਜਾਂ ਨਹੀਂ ਜਚਦੇ ਕਿਉਂਕਿ ਮੇਰੇ ਵਾਲੇ ਟਾਇਰ ਤਾਂ ਨੋਰਮਲ ਹੀ ਆ ਬਿਲਕੁਲ ਤੇ ਹੈ ਵੀ 16 ਇੰਚੀ ਆ ਹੁਣ ਆਪਾਂ 17 ਇੰਚ ਨਾਲ ਦੇਖਾਂਗੇ ਕੀ ਹਿਸਾਬ ਤਾਂ ਹੁੰਦਾ ਜੇ ਮੈਨੂੰ ਜਚੇ ਤਾਂ ਪਵਾ ਲਾਂਗੇ ਨਹੀਂ ਤਾਂ ਫਿਰ ਆਪਾਂ 16 ਇੰਚੀ ਵਿੱਚ ਦੂਜੇ ਪਵਾ ਲਾਂਗੇ ਇੱਦਾਂ ਦਾ ਕੁਛ ਕਰਕੇ ਟਰਾਈ ਕਰਦੇ ਹਾਂ ਖਰਚਾ ਕੀਤਾ ਗੱਡੀ ਤੇ ਤਾਂ ਫਿਰ ਰਿਐਕਸ਼ਨ ਦੇਖਾਂਗੇ ਤੇ ਗਾਲਾਂ ਖਾਵਾਂਗੇ ਗਾਲਾਂ ਹੀ ਪੈਣੀਆਂ ਹੋਰ ਕੀ ਮੈਨੂੰ ਘਰ ਦੇ ਸੱਚੀ ਬਹੁਤ ਕਹਿੰਦਾ ਕਿ ਹੁਣ ਨਾ ਪੰਗੇ ਪੁੰਗੇ ਲਿਆ ਕਰ ਮੈਂ ਕਹਿ ਰਹੀ ਮੈਂ ਬੁਲਟ ਲੈਣਾ ਵਾ ਥੋੜੇ ਦਿਨ ਚਲਾਉਣ ਲਈ ਹਨਾ ਬਰੋ ਕਹਿੰਦੇ ਨਹੀਂ ਲੈਣਾ ਗਾ ਪਤਾ ਨਹੀਂ ਕਿਉਂ ਯਾਰ ਲੈਣ ਨਹੀਂ ਦਿੰਦੇ ਕਹਿੰਦੇ ਰੌਲਾ ਬਾਲਾ ਪਾਉਂਦਾ ਜੇ ਉਹ ਡੈਡੀ ਫਿਰ ਵੀ ਮੰਨ ਜਾਂਦੇ ਪਰ ਮੰਮਾ ਨਹੀਂ ਮੰਨਦੇ ਇੱਕ ਗੱਲ ਹੋ ਰਹੀ ਮੈਨੂੰ ਕਿਸੇ ਵੀ ਚੀਜ਼ ਦਾ ਚਾਅ ਨਾ ਵੱਧ ਤੋਂ ਵੱਧ ਮਹੀਨਾ ਰਹਿ ਜੂਗਾ ਮਹੀਨਾ ਵੀ ਬਹੁਤ ਜ਼ਿਆਦਾ ਕਹਿਤਾ ਮੈਂ ਗੱਡੀ ਦਾ ਚਾਅ ਵੀ ਮੈਨੂੰ ਕਮ ਸੇ ਕਮ 2 ਹਫ਼ਤੇ ਰਿਹਾ ਸੀ ਉਦੋਂ ਬਾਅਦ ਬਸ ਸਾਰਾ ਕੁਝ ਨੋਰਮਲ ਹੋ ਜਾਂਦਾ ਲੈਣ ਤੋਂ ਬਾਅਦ ਤਾਂ ਮੈਨੂੰ ਪਤਾ ਜੇ ਮੈਂ ਬੁਲਟ ਲੈ ਵੀ ਲਿਆ ਮੈਂ ਚਲਾਉਣੀ ਤਾਂ ਫਿਰ ਵੀ ਗੱਡੀ ਹੋਈ ਆ ਪਰ ਫਿਰ ਵੀ ਮੈਨੂੰ ਇਹ ਰਿਕਮੈਂਡ ਕਰੋ ਕਿ ਜੇ ਮੈਂ ਲੈਣਾ ਹੋਵੇ ਤਾਂ ਮੈਂ ਕਿਹੜਾ ਮਾਡਲ ਲਵਾਂ ਬਟ ਜਿਹੜੇ ਯਾਰ ਸਾਨੂੰ ਦੇਖ ਕੇ ਆਪਣੇ ਮੋਟਰਸਾਈਕਲ ਮੋਡੀਫਾਈ ਵਗੈਰਾ ਕਰਵਾ ਰਿਹਾ ਤਾਂ ਯਾਰ ਉਹ ਨਾ ਕਰਵਾਇਓ ਹਨਾ ਕਿਉਂਕਿ ਇੰਨਾ ਕੋਈ ਫਾਇਦਾ ਨਹੀਂ ਹੈਗਾ ਅਤੇ ਆਪਣੇ ਘਰਦਿਆਂ ਨੂੰ ਵੀ ਬਿਲਕੁਲ ਵੀ ਤੰਗ ਨਾ ਕਰਿਓ ਇਸ ਚੀਜ਼ ਲਈ ਪਹਿਲਾਂ ਮੈਂ ਤੁਹਾਨੂੰ ਪਤਾ ਇਹੀ ਪਾਉਣ ਲੱਗਾ ਸੀਗਾ ਉੱਥੇ ਵੀ ਪਰ 16 ਇੰਚ ਹੀ ਪਾਉਣੇ ਸੀਗੇ ਪਰ ਮੈਂ ਕਿਉਂਕਿ ਹਾਂ ਵਧੀਆ ਨਹੀਂ ਲੱਗਦੇ ਕਿਉਂਕਿ ਉਦੋਂ ਮੈਨੂੰ ਕਹੀ ਤੁਹਾਨੂੰ ਪਤਾ ਮੇਰੀ ਚਲਾਈ ਉਹੋ ਜਿਹੀ ਸੀਗੀ ਤਾਂ ਕਰਕੇ ਹੁਣ ਸੁਧਰੀ ਆ ਤਾਂ ਹੁਣ ਆਪਾਂ 17 ਵੀ ਮਤਲਬ ਚਲਾ ਸਕਦੇ ਹਾਂ ਤਰੀਕੇ ਨਾਲ ਪਰ ਹਜੇ ਵੀ ਜੇ ਇਹਨੂੰ ਖਾ ਦਈਏ ਗੱਡੀ ਇਹ ਬਹੁਤ ਗੰਦੇ ਤਰੀਕੇ ਨਾਲ ਚਲਾਉਂਦਾ ਇਹ ਲਾਇਆ ਤਾਂ ਅਸਲ 'ਚ ਦੇਖਣ 'ਚ ਅਤੇ ਵੀਡੀਓ 'ਚ ਦੇਖਣ 'ਚ ਬਹੁਤ ਜ਼ਿਆਦਾ ਡਿਫਰੈਂਸ ਆ ਕੱਲ੍ਹ ਨੂੰ ਆਪਾਂ ਸਾਰੀ ਗੱਡੀ ਧਵਾਵਾਂਗੇ ਫਿਰ ਦੇਖਾਂਗੇ ਕੋਈ ਜ਼ਿਆਦਾ ਡਿਫਰੈਂਸ ਤਾਂ ਨਹੀਂ ਹੈਗਾ ਯਾਰ ਦੇਖੋ ਬਹੁਤ ਥੋੜ੍ਹਾ ਡਿਫਰੈਂਸ ਆ ਨਹੀਂ ਹੈਗੇ ਜੇ ਹੋਣਗੇ ਫਿਰ ਆਪਾਂ 17 ਇੰਚੀ ਵਿੱਚ ਹੀ ਲੋਅ ਪ੍ਰੋਫਾਈਲ 'ਚ ਵਧੀਆ ਚਲਾ ਗਿਆ ਤਾਂ ਗਾਈਜ਼ ਫਿਲਹਾਲ ਤਾਂ ਵਧੀਆ ਚੱਲ ਰਹੀ ਆ ਹੁਣ ਇੱਥੇ ਲਾ ਕੇ ਕਦੀ ਫੋਟੋ ਖਿੱਚਦੇ ਹਾਂ ਆਹ ਲੈਟਾਂ ਵੀ ਹੁਣ ਬਹੁਤ ਜ਼ਿਆਦਾ ਸ਼ਾਈਨ ਮਾਰ ਰਹੀਆਂ ਨੇ ਸਿਲਵਰ ਕਰਕੇ ਹਾਂ ਬਾਈ ਸਿਰਾ ਲੱਗ ਗਿਆ ਬਾਈ ਜੈਨੂਅਨਲੀ ਉੱਧਰ ਕੀ ਚੀਕਾਂ ਪੈ ਗਈਆਂ ਮੈਨੂੰ ਤਾਂ ਬਹੁਤ ਵਧੀਆ ਲੱਗ ਰਹੀ ਆ ਚਲਾਉਣ ਵਿੱਚ ਥੋੜ੍ਹਾ ਜਿਹਾ ਮਤਲਬ ਜਿਹੜਾ ਕੰਫਰਟ ਹੁੰਦਾ ਨਾ ਮਤਲਬ ਜਿਹਨਾਂ ਦੀ ਮਤਲਬ ਪ੍ਰੋਫਾਈਲ ਜ਼ਿਆਦਾ ਹੁੰਦੀ ਆ
ਉਹਦਾ ਮਤਲਬ ਉਹ ਸਹੀ ਹੁੰਦਾ ਕੰਫਰਟੇਬਲ ਹੁੰਦੀ ਆ ਬਟ ਇਹ ਨਾ ਇੰਨੀ ਜ਼ਿਆਦਾ ਕੰਫਰਟੇਬਲ ਨਹੀਂ ਮੈਨੂੰ ਫੀਲ ਹੁੰਦੀ ਹਲਕੀ ਰਫ ਫੀਲ ਹੁੰਦੀ ਆ ਬਟ ਇੰਨੀ ਜ਼ਿਆਦਾ ਵੀ ਨਹੀਂ ਕਿਉਂਕਿ ਟਾਇਰ ਵੀ 2 ਸਾਲ ਪੁਰਾਣੇ ਆ ਅਤੇ ਓਵਰਆਲ ਸਾਰਾ ਕੁਝ ਵਧੀਆ ਆ ਮਤਲਬ ਸਹੀ ਲੱਗ ਰਿਹਾ ਬਟ ਜਿਹੜੀਆਂ ਚੀਜ਼ਾਂ ਨੇ ਜਿਵੇਂ ਕਿ ਰਿਐਕਸ਼ਨ ਹੋ ਗਏ ਕਿਸੇ ਦੇ ਕੰਪਲੀਮੈਂਟ ਹੋ ਗਏ ਉਹ ਤਾਂ ਪੂਰੇ ਤਕੜੇ ਮਿਲ ਰਹੇ ਐਵੇਂ ਕਹੀ ਜਾਈਏ ਹਜੇ ਤਾਂ ਮਤਲਬ ਉੱਥੋਂ ਘਰੇ ਹੀ ਆਏ ਹਾਂ ਰਾਹ 'ਚ ਆਉਂਦੇ ਹੀ ਕਈ ਜਣ ਨੇ ਦੇਖ ਕੇ ਐਂ ਕਰਤਾ ਹੁਣ ਆਪਾਂ ਘਰੇ ਆ ਚੁੱਕੇ ਹਾਂ ਕਿਵੇਂ ਲੱਗਿਆ ਵਲੋਗ ਜ਼ਰੂਰ ਦੱਸੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਲਓ ਉਸਾਂ ਦੇ ਵਲੋਗ ਹੋਰ ਦੇਖਣ ਲਈ ਹੁਣ ਆਪਾਂ ਘਰ ਦੇ ਨਾਲ ਭਕਾਈ ਮਾਰਦੇ ਹਾਂ ਥੋੜ੍ਹਾ ਟਾਈਮ ਉਹਨੂੰ ਕਹਿੰਦੇ ਕਿ ਅਸੀਂ ਪਵਾ ਲਏ ਆ 90 ਰੁਪਏ ਦੇ ਅਤੇ ਗਾਲਾਂ ਗੁਲਾਂ ਖਾਣ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਫਿਰ ਕੀ ਹੋਣਾ ਵਾ ਉਹ ਤੋਂ ਬਾਅਦ ਦੋਸਤਾਂ ਨੂੰ ਵੀ ਦਿਖਾਉਂਦੇ ਹਾਂ ਹੋਰਾਂ ਨੂੰ ਜਿਹਨਾਂ ਨੂੰ ਨਹੀਂ ਪਤਾ ਤਾਂ ਦੇਖੀ ਚੱਲਿਓ ਅਤੇ ਹੁਣ ਮੈਂ ਤੁਹਾਨੂੰ ਮਿਲਦਾ ਨੈਕਸਟ ਵਲੋਗ ਵਿੱਚ ਟਿਲ ਦੈਨ ਪੀਸ ਆਊਟ ਤੁਹਾਡੀ ਪੀਸ ਆਊਟ ਆ ਮੇਰੇ ਤੁਹਾਨੂੰ 76 ਪੈਣੇ ਆ ਹਜੇ